ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਰੇਸ਼ਮ ਸਿੱਧੂ। ਤੁਸੀਂ ਦੇਖ ਰਹੇ ਹੋ ਕੇ ਐਲ ਫਾਸਟ ਨਿਊਜ਼। ਪਿਛਲੇ 2-3 ਦਿਨਾਂ ਤੋਂ ਇੱਕ ਚੈਨਲ 'ਤੇ ਦਿੱਤੀ ਇੰਟਰਵਿਊ ਪੰਜਾਬ ਦੇ ਚੈਨਿਆਲਾ ਦੇ ਰਹਿਣ ਵਾਲੇ ਕਵੀਸ਼ਰ ਅਤੇ ਸ਼ਾਇਰ ਗੁਰਦੀਪ ਸ਼ਰਮਾ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਜਿਨ੍ਹਾਂ ਵਿੱਚੋਂ ਇੱਕ ਕਲਿੱਪ ਪਿੰਡਾਂ ਦੇ ਲੋਕ ਤੱਥਾਂ ਦੇ ਬਾਰੇ ਕਿਹਾ ਗਿਆ ਕਿ ਸਰਸਾ ਜ਼ਿਲ੍ਹਾ ਦੇ ਕਰੀਬ 1 ਦਰਜਨ ਪਿੰਡਾਂ ਦੇ ਲੋਕਾਂ ਬਾਰੇ ਲੋਕ ਤੱਥ ਦੇ ਕਵਿਤਾ ਜਿਹੜੀ ਉਹਨਾਂ ਨੇ ਸੁਣਾਈ ਸੀ ਉਹ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਜਿਸ ਤਰ੍ਹਾਂ ਕਿਸੇ ਟਾਈਮ ਬਾਬੂ ਰਜਵਲੀ ਨੇ ਪਿੰਡਾਂ ਦੇ ਲੋਕ ਤੱਥ ਗਾਏ ਸੀ, ਉਸੇ ਤਰ੍ਹਾਂ ਉਹਨਾਂ ਨੇ ਵੀ ਕਿਹਾ ਕਿ ਜਦੋਂ ਪਿੰਡ ਫੱਗੂ ਪੜ੍ਹਦਾ ਸੀ ਤਾਂ ਉਸ ਟਾਈਮ ਜਵਾਨੀ ਟਾਈਮ 'ਚ ਉਹਨਾਂ ਨੇ ਇਹ ਕਵਿਤ ਤੱਥ ਲਿਖੇ ਸੀ, ਜਿਨ੍ਹਾਂ ਵਿੱਚੋਂ ਕਈ ਪਿੰਡਾਂ ਦੇ ਬਾਰੇ ਵਿਵਾਦਿਤ ਸ਼ਬਦਾਵਲੀ ਵਰਤੀ ਗਈ ਹੈ, ਜਿਨ੍ਹਾਂ ਵਿੱਚ ਤੁਹਾਨੂੰ ਦੱਸ ਦਈਏ ਕਿ ਜਿਵੇਂ ਪਿੰਡ ਝੋੜ ਰੋਈ ਨੂੰ ਕਿਹਾ ਗਿਆ ਕਿ ਪਿੰਡ ਝੋੜ ਰੋਈ ਦੇ ਗੱਪੀ ਵਾਲੇ, ਬੀਰੂ ਵਾਲੇ ਦੇ ਚੁਗਲਖੋਰ ਜ਼ਿਆਦਾ, ਵੱਡੇ ਖੁੜੇ ਦੇ ਲੜਾਈ ਨਿਤਭਾਲ ਦੇ, ਰੁੱਗੂਆਣੇ ਦੇ ਉਂਗਲਵਾਜ਼ ਲੋਕ, ਪਿੰਡ ਕਮਾਲ ਦੇ ਅਤੇ ਪੱਕਾ ਸ਼ਹੀਦਾਂ ਦੇ ਵੀ ਬਾਰੇ ਉਹਨਾਂ ਨੇ ਕਿਹਾ ਕਿ ਇੱਥੋਂ ਦੇ ਲੋਕ ਘਰ ਦੀ ਸ਼ਰਾਬ ਪੀਂਦੇ ਹੈ ਅਤੇ ਗੋਲੀਆਂ 'ਤੇ ਜਰਦੇ ਖਾਂਦੇ ਹੈ। ਇਸ ਤਰ੍ਹਾਂ ਦੇ ਜਿਹੜੇ ਕਵਿਤ ਤੱਥ ਲੋਕ ਤੱਥ ਬਣਾਏ ਗਏ ਸੀ ਉਹ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਣ ਤੋਂ ਬਾਅਦ ਇਹਨਾਂ ਪਿੰਡਾਂ ਦੇ ਲੋਕਾਂ ਅਤੇ ਪੰਚਾਇਤਾਂ ਵੱਲੋਂ ਇਤਰਾਜ਼ ਜ਼ਾਹਿਰ ਕੀਤਾ ਗਿਆ। ਪਿੰਡਾਂ ਦੀਆਂ ਪੰਚਾਇਤਾਂ ਅਤੇ ਲੋਕਾਂ ਦਾ ਕਹਿਣਾ ਹੈ ਕਿ ਇਹ ਲੋਕ ਤੱਥ ਜਿਹੜੇ ਗਾਏ ਗਏ ਹੈ ਜਾਂ ਉਹਨਾਂ ਨੇ ਸੁਣਾਏ ਗਏ ਹੈ ਉਹ ਆਧਾਰਹੀਨ ਹੈ, ਕਿਉਂਕਿ ਇਹਨਾਂ ਪਿੰਡਾਂ ਦੇ ਬਾਰੇ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੈ ਜਿਹੜੀ ਉਹਨਾਂ ਨੇ ਕਵਿਤ ਦੇ ਵਿੱਚ ਸੁਣਾਈ ਹੈ। ਸੋਸ਼ਲ ਮੀਡੀਆ 'ਤੇ ਜ਼ਿਆਦਾ ਵਾਇਰਲ ਹੋਣ ਤੋਂ ਬਾਅਦ ਇਸ ਵੀਡੀਓ ਕਲਿੱਪ ਨੂੰ ਲੈ ਕੇ ਲੋਕਾਂ 'ਚ ਕਾਫੀ ਚਰਚਾ ਚੱਲ ਰਹੀ ਹੈ ਅਤੇ ਉਸ ਤੋਂ ਬਾਅਦ ਲਗਾਤਾਰ ਲੋਕਾਂ ਵੱਲੋਂ ਵੀ ਫੋਨ ਕਾਲ ਕਰਕੇ ਗੁਰਦੀਪ ਸ਼ਰਮਾ ਨੂੰ ਉਲਾਂਭਾ ਵੀ ਦਿੱਤਾ ਗਿਆ ਅਤੇ ਕਿਹਾ ਗਿਆ ਕਿ ਉਹਨਾਂ ਦੇ ਪਿੰਡਾਂ ਦੇ ਲੋਕਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਉਹਨਾਂ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਇਹ ਉਹਨਾਂ ਨੇ 30-35 ਸਾਲ ਪਹਿਲਾਂ ਲਿਖੀ ਸੀ ਪਰ ਜਾਣੇ ਅਣਜਾਣੇ 'ਚੋਂ ਇੰਟਰਵਿਊ ਦੇ ਵਿੱਚ ਸੁਣਾਈ ਗਈ ਅਤੇ ਜ਼ਿਆਦਾ ਵੀਡੀਓ ਵਾਇਰਲ ਹੋਣ 'ਤੇ ਲੋਕਾਂ ਵੱਲੋਂ ਇਹ ਇਤਰਾਜ਼ ਕੀਤਾ ਗਿਆ। ਸਰਸਾ ਜ਼ਿਲ੍ਹਾ ਦੇ ਇਹਨਾਂ ਪਿੰਡਾਂ ਦੇ ਲੋਕਾਂ ਵੱਲੋਂ ਲਗਾਤਾਰ ਫੋਨ ਕਰਕੇ ਜਦੋਂ ਉਲਾਂਭੇ ਦਿੱਤੇ ਗਏ ਆ ਤਾਂ ਉਸ ਤੋਂ ਬਾਅਦ ਸ਼ਾਇਰ ਅਤੇ ਕਵਿਸਰ ਰਹੇ ਬਾਬਾ ਗੁਰਦੀਪ ਸ਼ਰਮਾ ਵੱਲੋਂ ਕਵਿਤ ਵਿੱਚ ਕਹੇ ਇਹਨਾਂ ਗੱਲਾਂ ਨੂੰ ਲੈ ਕੇ ਪਿੰਡਾਂ ਦੀਆਂ ਪੰਚਾਇਤਾਂ ਅਤੇ ਲੋਕਾਂ ਤੋਂ ਮਾਫ਼ੀ ਵੀ ਮੰਗੀ ਆ। ਉਹਨਾਂ ਨੇ ਇੱਕ ਵੀਡੀਓ ਵੀ ਜ਼ਾਹਿਰ ਕੀਤੀ ਆ ਜਿਸ ਵਿੱਚ ਉਹਨਾਂ ਨੇ ਮਾਫ਼ੀ ਮੰਗਦੇ ਹੋਏ ਕਬੂਲਿਆ ਕਿ ਉਹਨਾਂ ਤੋਂ ਇਹ ਗਲਤੀ ਹੋਈ ਹੈ, ਜਾਣੇ ਅਣਜਾਣੇ 'ਚ ਉਹਨਾਂ ਨੂੰ ਨਹੀਂ ਕਹਿਣਾ ਚਾਹੀਦਾ ਸੀ ਕਿਉਂਕਿ ਇਹ ਜਿਹੜੀ ਕਵਿਤਾ ਲਿਖੀ ਸੀ ਉਹਨਾਂ ਨੇ 30-35 ਸਾਲ ਪਹਿਲਾਂ ਲਿਖੀ ਸੀ ਅਤੇ ਜਾਣੇ ਅਣਜਾਣੇ 'ਚ ਇਹ ਗੱਲਾਂ ਕਹੀਆਂ ਗਈਆਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਅਤੇ ਲੋਕਾਂ ਨੂੰ ਜਦੋਂ ਇਸ ਤੋਂ ਠੇਸ ਪਹੁੰਚੀ ਹੈ ਤਾਂ ਉਹ ਇਸ ਦੀ ਮਾਫ਼ੀ ਮੰਗਦੇ ਆ ਅਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਉਮਰ 60 ਸਾਲ ਦੀ ਹੋ ਚੁੱਕੀ ਆ ਅਤੇ ਸ਼ਾਇਦ ਬੁਢਾਪੇ ਦੇ ਵਿੱਚ ਹੀ ਉਹਨਾਂ ਨੇ ਇਹ ਉਲਾਂਭਾ ਲੈਣਾ ਸੀ ਅਤੇ ਉਹਨਾਂ ਨੂੰ ਮਿਲ ਗਿਆ, ਪਰ ਉਹ ਇਸ ਵੀਡੀਓ ਦੇ ਇੰਨਾ ਜ਼ਿਆਦਾ ਵਾਇਰਲ ਹੋਣ 'ਤੇ ਉਹਨਾਂ ਨੂੰ ਖੁਦ ਨੂੰ ਨਮੋਸ਼ੀ ਹੋਈ ਹੈ। ਤੁਹਾਨੂੰ ਵੀ ਸੁਣਾਉਂਦੇ ਹਾਂ ਇਹ ਵੀਡੀਓ ਜਿਹੜੀ ਉਹਨਾਂ ਨੇ ਮਾਫ਼ੀਨਾਮੇ ਦੀ ਭੇਜੀ ਹੈ ਅਤੇ ਜਿਨ੍ਹਾਂ ਪਿੰਡਾਂ ਬਾਰੇ ਕਿਹਾ ਗਿਆ ਉਹਨਾਂ ਪਿੰਡਾਂ ਦੇ ਲੋਕਾਂ ਅਤੇ ਪੰਚਾਇਤਾਂ ਨੂੰ ਵੀ ਗੁਜ਼ਾਰਿਸ਼ ਹੈ ਕਿ ਲਗਾਤਾਰ ਸ਼ਾਇਰ ਬਾਬਾ ਗੁਰਦੀਪ ਸ਼ਰਮਾ ਨੂੰ ਵਾਰ ਵਾਰ ਫੋਨ ਕਰਕੇ ਪਰੇਸ਼ਾਨ ਨਾ ਕੀਤਾ ਜਾਵੇ ਕਿਉਂਕਿ ਉਮਰ ਦੇ ਹਿਸਾਬ ਨਾਲ ਜੋ ਉਹਨਾਂ ਵੱਲੋਂ ਗੱਲਾਂ ਕਹੀਆਂ ਗਈਆਂ ਸੀ ਭਾਵੇਂ ਉਹਨਾਂ ਦੀ ਉਹਨਾਂ ਨੇ ਮਾਫ਼ੀ ਮੰਗ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਹਾਰਟ ਦੇ ਮਰੀਜ਼ ਹੋਣ ਦੇ ਨਾਤੇ ਜ਼ਿਆਦਾ ਉਹਨਾਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਅਤੇ ਜਿਹੜੀ ਪਹਿਲਾਂ ਵਾਇਰਲ ਹੋ ਰਹੀ ਹੈ ਵੀਡੀਓ ਉਸ ਨੂੰ ਵੀ ਜ਼ਿਆਦਾ ਸ਼ੇਅਰ ਨਾ ਕੀਤਾ ਜਾਵੇ। ਬਹੁਤ ਬਹੁਤ ਧੰਨਵਾਦ। ਕਾਰਜੋਗ ਸਰਪੰਚ ਸਾਹਿਬਾਨ ਸਾਰੇ ਪਿੰਡਾਂ ਦੇ ਜਿਵੇਂ ਕਿ ਝੋਲੜਾ, ਬੀਰੂ ਵਾਲਾ, ਵੱਡਾ ਬੁੜਾ, ਪੱਕਾ ਕਮਾਲ, ਜੋ ਵੀ ਜਿਨ੍ਹਾਂ ਦੇ ਵੀ ਪਿੰਡਾਂ ਦੀ ਮੈਂ ਗਲਤ ਨਾਂ ਲਿਖ ਬੈਠਾ, ਮੇਰੀ ਜਵਾਨੀ ਵੇਲੇ ਦੀ ਕਵਿਤਾ ਲਿਖੀ ਹੋਈ, ਅੱਜ ਮੈਨੂੰ ਬੜੇ ਫੇਵਰੇ, ਮੈਨੂੰ ਮੇਰੇ ਦਾੜੀ ਨੂੰ ਇਸ ਨੂੰ ਕਲੰਕ ਲੱਗਣਾ ਸੀ, ਮੈਂ ਲਾ ਬੈਠਾ।
ਕਿਉਂ ਮੈਥੋਂ ਗਲਤੀ ਹੋ ਗਈ। ਗਲਤੀ ਹਰ ਇੱਕ ਇਨਸਾਨ ਤੋਂ ਹੋ ਜਾਂਦੀ, ਪਰ ਸੰਗਤ ਅਤੇ ਗੁਰੂ ਮਹਾਰਾਜ ਬਖਸ਼ਣ ਜੋ ਮੈਂ ਕੋਈ ਮਿਥ ਕੇ ਤਾਂ ਪਾਈ ਨਹੀਂ ਸੀਗੀ, ਜਾਣੇ ਅਣਜਾਣੇ 'ਚ ਪੈ ਗਈ। ਔਰ ਮੈਨੂੰ ਇਹ ਵੀ ਨਹੀਂ ਸੀ ਪਤਾ ਵੀ ਇਹ ਇਸ ਤਰ੍ਹਾਂ ਤੱਕ ਵਾਇਰਲ ਹੋਊਗੀ। ਮੈਂ ਆਮ ਹੀ ਇਹ ਤਾਂ ਗੱਲਾਂ ਉਹ ਹੱਸਦੇ ਹੱਸਦੇ ਕਿਤੇ ਵਾਲੇ, ਉਹ ਮੈਨੂੰ ਵੀਡੀਓ ਦਾ ਵੀ ਨਹੀਂ ਪਤਾ ਸੀ ਵੀ ਇਹ ਵੀਡੀਓ ਇੰਨੀ ਦੂਰ ਜਾਊ। ਪਰ ਜੇ ਪਹੁੰਚ ਵੀ ਗਈ ਤਾਂ ਮੈਂ ਹੱਥ ਜੋੜ ਕੇ ਸਾਰੀ ਸੰਗਤ ਤੋਂ ਮਾਫ਼ੀ ਮੰਗਦਾ, ਜਿੰਨੇ ਵੀ ਪਿੰਡਾਂ ਦੇ ਨਾਂ ਗਲਤ ਪਏ। ਮੈਥੋਂ ਮੈਨੂੰ ਉਮੀਦ ਹੈ ਕਿ ਮੇਰੀ 60 ਸਾਲ ਦੀ ਏਜ ਹੈ, ਮੈਨੂੰ ਗਲਤੀ ਹੋਈ ਹੈ, ਮੈਂ ਸਾਰੀ ਉਮਰ ਦੀ ਰੱਖੀ ਰਖਾਈ ਆਪਦੀ ਮਿੱਟੀ 'ਚ ਪਲੀਤ ਕਰ ਲਈ ਗਲਤ ਸ਼ਬਦ ਕਹਿ ਕੇ, ਅਤੇ ਮੈਂ ਸੰਗਤ ਤੋਂ ਮਾਫ਼ੀ ਮੰਗਦਾ ਹੱਥ ਜੋੜ ਕੇ। ਮੈਨੂੰ ਉਮੀਦ ਹੈ ਕਿ ਮੇਰੀ ਗਲਤੀ ਨੂੰ ਤੁਸੀਂ ਪ੍ਰਵਾਨ ਕਰੋਗੇ, ਮੈਂ ਗਲਤੀ ਮੰਨ ਬੈਠਾ, ਤੁਸੀਂ ਮੈਨੂੰ ਮਾਫ਼ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।